ਬੋਲੀ ਬੋਲ ਕੇ ਹੁੰਦੀ ਹੈ ਉਹ ਦੀਆਂ ਅਲੱਗ ਹੀ ਨੇ ਜ਼ਿਆਦਾ ਹੁੰਦੇ ਨੇ ਵੀ ਹਾਂ ਪੰਜਾਬੀ ਕਿਵੇਂ ਲੱਗਦੇ ਹੋ ਤੂੰ ਪਹਿਲਾਂ ਜ਼ਿਆਦਾ ਰਹੇ ਨੇ ਅੱਛਾ हाँ जी दोस्तों सत श्री अकाल स्वागत है थोड़ा एक बार फिर अपने यूट्यूब चैनल देसी फिटनेस ब्लॉग्स से आप सेहत संबंधी तो वीडियो रोज़ पाते रहने प्लेयर इंटरव्यू करते वीडियो पाते रहने पर अज एक आप नवी चीज़ लैके पेश हो क्यों प्रगट जी हाँ जी अज आप माइंड वास्ते भी लैके आए फिटनेस हाँ ये मतलब कह सकते मैंटल हैल्थ लिए जरूरी ने यह चीज़ा एंटरटेनमेंट क्योंकि लेडीज सारा दिन घर ही रहिंदियां ने अज आप दिखावे तियां दा त्यौहार पूरे बोलियां पवावे पुरानी अपनी बेबे ने जिहड़ियां पूरियां पुरानियां बोलियां सुनने मिलियां तुहानू ते इह जदों भी इहो जिहे फंक्शन होण किते लेडीज़ खास करके ये चीज़ां ना छड्डिया करो घर के काम कार चलते ही रहिंदे ने सो बाकी आपां हुण तुहानू फंक्शन ही दिखाउणे आ जाओ प्लीज़ ग्राउंड क्लीयर लाइन तो पिछे नूं हो जाओ थोड़ा थोड़ा Thank you.
ਦਾ ਪੁੱਤ ਤੇਰਾ ਕੀ ਨਾਮ ਹੈ ਪੁੱਤਰ ਜੋਤੀ ਜੀ ਤੇ ਪੁੱਤਰ ਤੈਨੂੰ ਪਤਾ ਪਹਿਲਾਂ ਤੀਆਂ ਕਿਵੇਂ ਲੱਗਦੀਆਂ ਸੀ ਹਾਂਜੀ ਪਹਿਲਾਂ ਪੁੱਤਰ ਤੀਆਂ ਲੱਗਦੀਆਂ ਸੀ 15-15 ਦਿਨ ਤੇ ਨਾ ਤੀਆਂ ਦਾ ਆਪਣਾ ਪੰਜਾਬ ਦਾ ਬੜਾ ਪ੍ਰਸਿੱਧ ਤਿਉਹਾਰ ਸੀ ਤੇ ਜਿਵੇਂ ਅੱਜ ਲੱਗ ਰਿਹਾ ਤੁਸੀਂ ਚਾਹੁੰਦੇ ਵੀ ਐਵੇਂ ਤੀਆਂ ਰੋਜ਼ ਲੱਗਣਾ ਹੈ ਹਾਂਜੀ ਰੋਜ਼ ਲੱਗਣਾ ਦੇਖ ਲਓ ਬਈ ਕੁੜੀਆਂ ਨੂੰ ਕਿੰਨਾ ਅੱਛਾ ਲੱਗਦਾ ਵੀ ਤੀਆਂ ਰੋਜ਼ ਲੱਗਣ अच्छा भी दोस्तों अज आप दिखा रहे ब्लॉग तीआं दे तिहार दा ते हुण अपने कोले आईआं ने कुछ बच्चियां अपने नाल बीना भी गल्लां करांगे सत श्री अकाल जी सब तो पहला साडा तुहाडा इत्थे पहुंचे ते बहुत स्वागत करदे आ ते अज साडे पिंड घग्गर विच बहुत शानदार ढंग नाल तीआं दा तिहार मनाया जा रहा है जो कि असी ये अज सारे इकट्ठे होए आ तां जो असी अपने आने वाली पीढ़ी नूं अपने सभ्याचार बारे दस सकीए क्योंकि हुण आपां देखदे आ जिवें कि बच्चे अजकल डीजे हो चुके ने गिद्दा बोलियां बिल्कुल भुल चुके ने इसलिए मैं यही रिक्वेस्ट करदी कि सारे पिंड पिंड दे विच पुराने कल्चर नूं जिवें अज असी इत्थे तिहार मना रहे आ एवें मनाउणा चाहीदा है डीजे नहीं लगाए सी बट अज की है कि थोड़ा मॉडर्न तरीके नाल करके इन्होंने डीजे लगाए हुए ने पर जो आप पिछले तीआं च देख सकते हैं डीजे नाल नहीं जो गिद्दा और बोली बोल के हुंदी है ਸੈਲੀਬ੍ਰੇਟ ਕਰ ਰਹੇ ਸੀ ਅਸੀਂ ਬਿਲਕੁਲ ਪੰਜਾਬੀ ਠੇਠ ਤਰੀਕੇ ਨਾਲ ਜੋ ਹੈਗਾ ਸੀ ਉਹ ਵੀ ਸੈਲੀਬ੍ਰੇਟ ਕੀਤਾ ਸੀ ਹਾਂਜੀ ਹਾਂ ਤੇ ਹਰ ਸਾਲ ਕਰੋਗੇ ਨਾਲ ਤਾਂ ਇਹੀ ਬਹੁਤ ਵਧੀਆ ਜਦੋਂ ਚਲੀਆਂ ਹੀ ਗਈਆਂ ਸੀਗੀਆਂ ਫਿਰ ਹਰ ਸਾਲ ਬਣਾਇਆ ਕਰੋ ਹਾਂਜੀ ਹਾਂ ਹਰ ਸਾਲ ਹਾਂਜੀ ਤੁਹਾਨੂੰ ਬਹੁਤ ਵਧੀਆ ਬਰਾਲਾ ਹਾਂਜੀ ਹਾਂਜੀ ਬੋਲਣਾ ਜਾ ਰਹੇ ਹੋ ਨਾ ਜੀ ਕਿੱਥੇ ਸੰਗ ਲੈ ਕੇ ਬੋਲਦੇ ਇਹ ਜੀ ਸਾਡੇ ਘੱਗੇ ਦੀ ਰੌਣਕ ਨੇ ਇਹ ਆਂਟੀ ਅੱਗੇ ਹੁੰਦੇ ਨੇ ਤਾਂ ਅਸੀਂ ਸਾਰੀਆਂ ਕੁੜੀਆਂ ਇਹਨਾਂ ਦੇ ਪਿੱਛੇ ਚੱਲਦੇ ਆ ਹਾਂਜੀ ਹਾਂਜੀ ਬਹੁਤ ਸਹਿਯੋਗ ਹੈ ਇਹਨਾਂ ਦਾ
ਜਿਹੜੀਆਂ ਹੁਣ ਕੁੜੀਆਂ ਦੇਖੋ ਸਹੁਰੇ ਚਲੀਆਂ ਗਈਆਂ ਨੇ ਹੈ ਨਾ, ਉਹ ਅੱਜ ਇੱਥੇ ਪਹੁੰਚੀਆਂ ਹੋਈਆਂ ਨੇ। ਬਹੁਤ ਵਧੀਆ ਲੱਗ ਰਿਹਾ ਕਿਉਂਕਿ ਪੁਰਾਣੇ ਸਕੂਲ ਦੀਆਂ ਜੋ ਸਹੇਲੀਆਂ ਲਗਾ ਲਓ ਮਿਲ ਰਿਹਾ ਉਹਨਾਂ ਨੂੰ ਇਕੱਠੇ, ਅਤੇ ਕੱਲ੍ਹ ਨੂੰ ਸਾਰੇ ਆਪਣਾ ਤਿਉਹਾਰ ਸੈਲੀਬ੍ਰੇਟ ਕਰਨਗੇ ਰੱਖੜੀ ਦਾ, ਅਤੇ ਵਾਪਸ ਆਪਣੇ ਘਰਾਂ ਨੂੰ ਕੁੜੀਆਂ ਚਲੀਆਂ ਜਾਣਗੀਆਂ। ਹੁਣ ਪੇਕੇ ਆਈਆਂ ਹੋਈਆਂ ਨੇ ਅਤੇ ਹਾਂਜੀ ਫਿਰ ਸਹੁਰੇ ਚਲੀ ਜਾਣਗੇ। ਹਾਂਜੀ ਹਾਂਜੀ। ਅੱਛਾ ਵੀ ਇਹ ਪੁਰਾਣਾ ਤਿਉਹਾਰ ਇਹ ਜਿਵੇਂ ਤੀਆਂ ਜਦੋਂ ਹੁੰਦੀਆਂ ਮਹੀਨੇ ਦੇ ਵਿੱਚ ਆ ਕੇ। ਹਾਂਜੀ ਹਾਂਜੀ, ਉਹ ਕੀ ਹੁੰਦਾ ਸੀਗਾ ਕਿ ਪਹਿਲਾਂ, ਚਲੋ ਦੇਖੋ ਹੁਣ ਤਾਂ ਫਿਰ ਵੀ ਮਾਡਰਨ ਟਾਈਮ ਆ ਚੁੱਕਿਆ, ਪਰ ਪਹਿਲਾਂ ਦੇ ਟਾਈਮ 'ਚ ਕੀ ਸੀਗਾ ਕਿ ਕੁੜੀਆਂ ਨੂੰ ਸਿਰਫ ਤਿਉਹਾਰਾਂ 'ਤੇ ਲੈ ਕੇ ਆਇਆ ਕਰਦੇ ਸੀ ਪੇਕੇ ਘਰ, ਠੀਕ ਹੈ। ਤਾਂ ਜਦੋਂ ਤੀਆਂ ਸਟਾਰਟ ਹੁੰਦੀਆਂ ਸੀ ਉਹਨਾਂ ਦੇ ਮਾਂ ਬਾਪ ਜਾਂ ਭਰਾ ਲੈਣ ਜਾਂਦਾ, ਅਤੇ ਫਿਰ ਉਸ ਤੋਂ ਬਾਅਦ ਉਹ 7 ਦਿਨ ਰਹਿੰਦੀਆਂ ਨੇ, ਅਤੇ 7ਵੇਂ 8ਵੇਂ ਦਿਨ ਆਪਣੀ ਰੱਖੜੀ ਦਾ ਤਿਉਹਾਰ ਕੰਪਲੀਟ ਕਰਕੇ ਚਲੀਆਂ ਜਾਂਦੀਆਂ ਨੇ। ਫਿਰ ਜਿਹੜੀ ਹੁਣ ਇਹ ਮੈਨੇਜਮੈਂਟ ਤੁਹਾਨੂੰ ਥੋੜੀ ਬਹੁਤ ਵਧੀਆ ਲੱਗੀ, ਤੁਸੀਂ ਕੀਤੀ ਆਪ ਇਹ? ਨਹੀਂ ਹਾਂਜੀ ਹਾਂ ਸਰ, ਇਹ ਸਾਰੇ ਪਿੰਡ ਦੇ ਜੋ MC ਸਾਹਿਬਾਨ ਨੇ, ਪ੍ਰਧਾਨ ਜੀ ਨੇ, ਸਾਰਿਆਂ ਨੇ ਰਲ ਮਿਲ ਕੇ ਉਪਰਾਲਾ ਕੀਤਾ, ਜੋ ਕਿ ਬਹੁਤ ਵਧੀਆ ਕੀਤਾ ਗਿਆ, ਅਤੇ ਅਸੀਂ ਚਾਹੁੰਦੇ ਹਾਂ ਵੀ ਹਰ ਸਾਲ ਐਵੇਂ ਦਾ ਉਪਰਾਲਾ ਕੀਤਾ ਜਾਵੇ। ਹਾਂਜੀ ਹਾਂਜੀ ਬੱਚੀਆਂ ਸਾਰੀ ਖੁਸ਼ੀ ਨੇ, ਦੇਖੋ ਤੁਹਾਨੂੰ ਸਭ ਦੇ ਫੇਸ ਤੋਂ ਪਤਾ ਚੱਲ ਜਾਏਗਾ। ਲਾਈਫ ਟੈਨਸ਼ਨ ਭਰੀ ਹੈਗੀ, ਅੱਜ ਸਾਰੇ ਟੈਨਸ਼ਨ ਫ੍ਰੀ ਹੋ ਕੇ ਆਪਣਾ ਨੱਚ ਟੱਪ ਕੇ ਘਰ ਨੂੰ ਜਾਣਗੇ, ਵਧੀਆ ਖੁਸ਼ ਹੋ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਆਉਣ ਦੇ। ਹਾਂ ਦੋਸਤੋ, ਜਿਹੜਾ ਆਪਣਾ ਜੇ ਤੀਆਂ ਦਾ ਤਿਉਹਾਰ ਤੀਆਂ ਦਾ ਤਿਉਹਾਰ ਮਨਾਉਣ ਦਾ ਉਪਰਾਲਾ ਕੀਤਾ ਗਿਆ, ਜੇ ਉਹਨਾਂ ਨੇ ਮੈਨੇਜਿੰਗ ਵਾਸਤੇ ਬੈਠੇ ਨੇ ਆਪਣੇ ਗੁਰਪ੍ਰੀਤ MC। ਹਾਂਜੀ, ਤੁਹਾਨੂੰ ਕਿ ਕਿਵੇਂ ਹੋਰਨਾ ਹੋ ਰਿਹਾ, ਤੁਸੀਂ ਕੀਤਾ ਸਾਰਾ ਕੁਝ? ਹਾਂਜੀ ਬਾਈ ਜੀ, ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਵੈਲਕਮ ਅਤੇ ਸਤਿ ਸ਼੍ਰੀ ਅਕਾਲ ਦੋਵੇਂ ਭਰਾਵਾਂ ਨੂੰ ਜੋ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਏ ਹੋ। ਅਤੇ ਇਹ ਜਿਹੜਾ ਪ੍ਰੋਗਰਾਮ ਹੈ ਜੀ, ਅਸੀਂ ਨਾ ਬੜੇ ਸਮੇਂ ਤੋਂ ਦੇਖ ਰਹੇ ਸੀਗੇ ਵੀ ਕੋਈ ਨਾ ਕੋਈ ਇਹੋ ਜਿਹਾ ਪ੍ਰੋਗਰਾਮ ਕਰਿਆ ਜਾਵੇ ਵੀ ਸਾਡੇ ਪਿੰਡ ਦੀਆਂ ਧੀਆਂ ਭੈਣਾਂ ਸਾਰੇ ਮਾਵਾਂ ਵੀ ਇਕੱਠੇ ਹੋ ਕੇ ਕੋਈ ਪ੍ਰੋਗਰਾਮ ਕਰੀਏ ਵੀ ਜਿੱਥੇ ਸਾਡੇ ਪਿੰਡ ਦਾ ਨਾਂ ਹੋਵੇ। ਬਹੁਤ ਵਧੀਆ ਉਪਰਾਲਾ ਤੁਹਾਡੇ, ਬਹੁਤ ਵਧੀਆ, ਸਾਨੂੰ ਵੀ ਅੱਛਾ ਲੱਗਿਆ, ਬੱਚਿਆਂ ਦੇ ਚਿਹਰੇ ਸਾਨੂੰ ਖੁਸ਼ੀ ਦੇਖ ਕੇ ਵੀ ਸਾਨੂੰ ਖੁਸ਼ੀ ਹੋ ਰਹੀ ਹੈ, ਫਿਰ ਹਰ ਸਾਲ ਮਨਾ ਕਰੋਗੇ? ਇਹ ਤਾਂ ਜੀ ਬਾਬਾ ਨਾਨਕ ਜੀ ਨੇ ਜੇ ਕਿਰਪਾ ਕੀਤੀ ਤਾਂ ਅਸੀਂ ਤਾਂ ਅਗਲੀ ਵਾਰ ਤਾਂ ਇਸ ਤੋਂ ਵੀ ਵੱਡਾ ਪ੍ਰੋਗਰਾਮ ਕਰਨ ਦੀ ਸੋਚਿਆ। ਹਾਂਜੀ ਹਾਂ, ਅਸੀਂ ਇਸ ਸਾਲ ਥੋੜ੍ਹਾ ਜਿਹਾ ਲੇਟ ਹੋ ਗਏ, ਇੱਥੇ ਮੈਡਮ ਮੇਰੇ MC ਨੇ ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਜੇ ਤੀਆਂ ਦਾ ਪ੍ਰੋਗਰਾਮ ਮਨਾਈਏ, ਮੈਂ ਕਿਹਾ ਜੀ ਚਲੋ ਫਿਰ ਮਨਾ ਲੈਂਦੇ ਹਾਂ। ਡਿਮਾਂਡ 5 ਦਿਨ ਦੀ ਹੋ ਰਹੀ ਹੈ ਵੀ ਇਹ ਹਫ਼ਤਾ ਤੀਆਂ ਜਿਵੇਂ ਪਹਿਲਾਂ ਲੱਗਦੀ ਸੀ 2 ਹਫ਼ਤੇ ਉਵੇਂ ਹੋਣੀਆਂ ਚਾਹੀਦੀਆਂ ਨੇ। ਕੁੜੀਆਂ ਹੱਸ ਖੇਡ ਲੈਂਦੀਆਂ ਨੇ ਘੰਟਾ ਵੀ ਜ਼ਰੂਰੀ ਹੋਣਾ ਚਾਹੀਦਾ ਇਹ ਹਫ਼ਤੇ ਵਾਸਤੇ, ਹਾਂ ਲਾਉਣਾ ਚਾਹੀਦਾ। ਇਹੀ ਹੁਣ ਆਈਆਂ ਨੇ ਮਸਾਂ, ਕੋਈ ਨਿਕਲਣ ਵੀ ਨਹੀਂ ਦਿੰਦਾ, ਇਹ ਤੀਆਂ ਕਰਕੇ 4 ਦਿਨ ਕੁੜੀਆਂ ਹੱਸ ਖੇਡ ਜਾਂਦੀਆਂ। Thank you.